ਇੱਕ ਪਰਿਵਾਰ ਸੀਗਾ ਉਹ ਕਮੇਟੀਆਂ ਪਾਉਂਦੇ ਸੀ ਸਾਨੂੰ ਲੋਕਾਂ ਨੇ ਕਿਹਾ ਵੀ ਵਧੀਆ ਇੱਥੇ ਪਾ ਲਓ ਕਮੇਟੀਆਂ ਹੁਣ ਉਹ ਸਾਨੂੰ ਕਹਿੰਦੇ ਆ ਵੀ ਅਸੀਂ ਕਮੇਟੀ ਨਹੀਂ ਤੁਹਾਡੀ ਦੇਣੀ ਕੋਈ ਸਾਡੇ ਘਰ ਕਮੇਟੀਆਂ ਨਹੀਂ ਸੀ ਪਾਉਂਦਾ ਫਲੋਰ ਦੇ ਨਜ਼ਦੀਕੀ ਪਿੰਡ ਗੜਾ ਦੀ ਔਰਤ ਸੁਰਿੰਦਰ ਕੌਰ ਉਰਫ ਸ਼ਿੰਦੋ ਵੱਲੋਂ ਆਪਣੇ ਆਪ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ ਸੀ ਜਿਸ ਤੋਂ ਬਾਅਦ ਪਿੰਡ ਗੜਾ ਅਤੇ ਆਸ ਪਾਸ ਪਿੰਡਾਂ ਦੇ ਲੋਕ ਉਕਤ ਔਰਤ ਦੇ ਘਰ ਕਮੇਟੀਆਂ ਦੇ ਪੈਸੇ ਮੰਗਣ ਲਈ ਗੇੜੇ ਮਾਰਨ ਲੱਗੇ ਜਿਸ ਤੋਂ ਬਾਅਦ ਪੈਸੇ ਲੈਣ ਵਾਲਿਆਂ ਨੇ ਮ੍ਰਿਤਕ ਸੁਰਿੰਦਰ ਕੌਰ ਦੇ ਘਰ ਅੱਗੇ ਧਰਨਾ ਵੀ ਲਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਦਖਲਅੰਦਾਜ਼ੀ ਕਰਕੇ ਉਕਤ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਸੀ ਮੇਟੀਆਂ ਦੇ ਪੈਸੇ ਲੈਣ ਵਾਲਿਆਂ ਨੇ ਮੁੜ ਪਿੰਡ ਗੜਾ ਵਿਖੇ ਮੀਟਿੰਗ ਕੀਤੀ ਜਿਸ ਤੋਂ ਬਾਅਦ ਉਹਨਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਸਿਰਫ ਉਹਨਾਂ ਨੂੰ ਲਾਰੇ ਲਗਾ ਰਿਹਾ ਉਹ ਜਾ ਕੇ ਥਾਣੇ ਬੈਠੇ ਰਹਿੰਦੇ ਹਨ ਪਰ ਦੂਜੀ ਧਿਰ ਆਉਂਦੀ ਨਹੀਂ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਮੰਗਲਵਾਰ ਤੱਕ ਅਲਟੀਮੇਟਿਵ ਦਿੱਤਾ ਕਿ ਅਗਰ ਮੰਗਲਵਾਰ ਤੱਕ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਬੁੱਧਵਾਰ ਨੂੰ DSP ਫਲੋਰ ਅੱਗੇ ਧਰਨਾ ਦੇਣਗੇ ਮੈਂ ਗੜਾ ਪਿੰਡ ਦੇ ਰਹਿਣ ਵਾਲੀ ਹਾਂ ਗੁਰਦੇਵ ਕੌਰ ਮੈਨੂੰ ਨਾ ਰੋ ਵੋ ਕਾ ਰੋਣਾ ਕਿਤੇ ਗੁਰਦੇਵ ਕੌਰ ਮੈਨੂੰ ਨਾ ਆਇਆ ਇੱਥੇ ਦੇ ਇੱਕ ਪਰਿਵਾਰ ਸੀਗਾ ਉਹ ਕਮੇਟੀਆਂ ਪਾਉਂਦੇ ਸੀ ਸਾਨੂੰ ਲੋਕਾਂ ਨੇ ਕਿਹਾ ਵੀ ਵਧੀਆ ਇੱਥੇ ਪਾ ਲਓ ਕਮੇਟੀਆਂ ਅਸੀਂ ਕਮੇਟੀਆਂ ਪਾਉਣ ਲੱਗ ਪਏ ਮੈਂ ਆਪਣੀਆਂ ਗੁੱਡੀਆਂ ਨੇ ਦੋਹਰੀਆਂ ਕਮੇਟੀਆਂ ਪਵਾਤੀਆਂ ਕਮੇਟੀਆਂ ਪਵਾਤੀਆਂ ਬਾਅਦ ਦੇ ਵਿੱਚ ਉਹ ਜਨਾਨੀ ਤਾਂ ਮਰ ਗਈ ਉਹਦਾ ਪਰਿਵਾਰ ਨਾਲ ਕਮੇਟੀਆਂ ਪਾਉਂਦਾ ਸੀ ਬੱਚੇ ਸੀਗੇ ਉਹਦੇ ਨਾਲ ਪਾਉਂਦੇ ਕਮੇਟੀਆਂ ਹੁਣ ਉਹ ਸਾਨੂੰ ਕਹਿੰਦੇ ਆ ਵੀ ਅਸੀਂ ਕਮੇਟੀ ਨਹੀਂ ਤੁਹਾਡੀ ਦੇਣੀ ਕੋਈ ਸਾਡੇ ਘਰ ਕਮੇਟੀਆਂ ਨਹੀਂ ਸੀ ਪਾਉਂਦਾ ਅਸੀਂ 30 ਤਰੀਕ ਨੂੰ ਦਰਖਾਸਤ ਦਿੱਤੀ ਆ ਸਰਪੰਚ ਪੰਚਾਇਤ 4-5 ਵਾਰੀ ਉਹਨਾਂ ਦੇ ਘਰ ਜਾਈ ਆ ਉਹਨਾਂ ਦੀ ਵੀ ਨਹੀਂ ਮੰਨੀ ਹੈਗੀ ਪੰਚਾਇਤ ਦੀ ਵੀ ਨਹੀਂ ਮੰਨੀ ਥਾਣੇ ਸਾਨੂੰ ਕਹਿੰਦੇ ਆ ਜਾਓ ਤੁਹਾਡਾ ਉੱਥੇ ਫੈਸਲਾ ਕਰਾਂਗੇ ਅਸੀਂ 2 ਵਾਰੀ ਉੱਥੇ ਜਾ ਕੇ ਆਏ ਉਹਨੇ ਵੀ ਨਹੀਂ ਸਾਡੀ ਸੁਣਵਾਈ ਕੀਤੀ ਤਾਂ ਉਹਨਾਂ ਦੀਆਂ ਗੱਲਾਂ ਮੰਨਦੇ ਸਾਡੀ ਮੰਨਦੇ ਨਹੀਂ ਨਾ ਸਾਡੇ ਵਿੱਚ ਉਹ ਸੱਦਦੇ ਆ ਉਹਨਾਂ ਨੂੰ ਅਸੀਂ 2 ਵਾਰੀ ਉੱਧੇ ਜਾ ਕੇ ਮੁੜ ਕੇ ਆ ਗਏ ਹੁਣ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਵੀ ਇਨਸਾਫ ਹੋਣਾ ਚਾਹੀਦਾ ਸਾਡੀ ਸੁਣਵਾਈ ਹੋਵੇ ਜੇ ਸਾਨੂੰ ਜਿੱਦਾਂ ਹੁਣ 2 ਵਾਰੀ ਸਾਨੂੰ ਮੋੜ ਦਿੱਤਾ ਉਹਨੇ ਜੇ ਸਾਨੂੰ ਹੁਣ ਵੀ ਉਹਨੇ ਇੱਦਾਂ ਹੀ ਮੋੜ ਦਿੱਤਾ ਸਾਡੀ ਸੁਣਵਾਈ ਨਾ ਕੀਤੀ ਸੁਣੀ ਨਾ ਸਾਡੀ ਗੱਲ ਕਿਸੇ ਨਾਲ ਅਸੀਂ ਧਰਨੇ ਲਾਵਾਂਗੇ ਮੰਗਲ ਬੁੱਧਵਾਰ ਅਸੀਂ ਦਿਨ ਦਿੰਦੇ ਹਾਂ ਉਹਨਾਂ ਨੂੰ ਬੁੱਧਵਾਰ ਨੂੰ ਅਸੀਂ ਧਰਨੇ ਲਾਵਾਂਗੇ ਅਸੀਂ ਨਾਰੇਬਾਜ਼ੀ ਕਰਾਂਗੇ ਅਸੀਂ ਜੋ ਸੱਤ ਹੋਊਗਾ ਅਸੀਂ ਉਹ ਕਰਾਂਗੇ ਇਹ ਪੁਲਿਸ ਜ਼ਿੰਮੇਵਾਰ ਹੋਊਗੀ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਇਸ ਗੱਲ ਦੇ ਕੋਈ ਵੀ ਗੱਲ ਹੋਵੇ ਤਾਂ ਉਹੀ ਜ਼ਿੰਮੇਵਾਰ ਹੈ ਜਾਂ ਸਾਡੀ ਸੁਣਾਈ ਨਹੀਂ ਉਹ ਕਰਦੇ ਮੈਂ ਗੜੇ ਦੀ ਰਹਿਣ ਵਾਲੀ ਹਾਂ ਜਗੀਰ ਕੌਰ ਮੇਰਾ ਨਾਂ ਆ ਸਾਰੇ ਕਮੇਟੀਆਂ ਪਾਈਆਂ ਸੀ ਸਾਡੇ ਗੜੇ ਇੱਥੇ ਪਰਿਵਾਰ ਵਿੱਚ ਇੱਕ ਮਰੀ ਜਨਾਨੀ ਉਹ ਕਮੇਟੀਆਂ ਪਾਉਂਦੀ ਸੀ ਸਾਰੀਆਂ ਉਹ ਪਰਿਵਾਰ ਦੇ ਅਸੀਂ ਸਾਰਿਆਂ ਨੂੰ ਫੜਾ ਕੇ ਆਉਂਦੇ ਸੀਗੇ ਕੌਰ ਪਿੰਡ ਗੜੇ ਰਹਿਣ ਵਾਲੀ ਅਤੇ ਅਸੀਂ ਕਮੇਟੀਆਂ ਪਾਉਂਦੇ ਸੀ ਇੱਥੇ 2,40,000 ਰੁਪਈਆ ਮੈਂ ਹੱਥੀਂ ਦਿੱਤਾ ਇਹਨੂੰ 3 ਲੱਖ ਦੀਆਂ ਮੇਰੀਆਂ ਕਮੇਟੀਆਂ ਆ ਅਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ 2 ਵਾਰੀ ਅਸੀਂ ਥਾਣੇ ਗਏ ਹਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਪੰਚਾਇਤ ਸਾਡੀ ਜਾਂਦੀ ਸਾਡੀ ਪੰਚਾਇਤ ਦੀ ਵੀ ਸੁਣਵਾਈ ਨਹੀਂ ਹੁੰਦੀ ਹੈਗੀ ਸਾਡਾ ਹੱਲ ਹੋਣਾ ਚਾਹੀਦਾ ਜੇ ਨਹੀਂ ਸਾਡਾ ਹੱਲ ਕਰਦੇ ਤਾਂ ਅਸੀਂ ਧਰਨੇ ਲਾਵਾਂਗੇ ਗੜਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੀ ਹਾਂ ਜਿਸ ਸਾਡੇ ਪਿੰਡ ਦੇ ਵਿੱਚ ਕਮੇਟੀਆਂ ਦਾ ਕੰਮ ਹੁੰਦਾ ਸੀ ਉਹ ਲੇਡੀਜ਼ ਮਰ ਚੁੱਕੀ ਆ ਅਤੇ 1.5 ਮਹੀਨਾ ਉਹਨਾਂ ਨੂੰ ਹੋ ਚੁੱਕਾ ਆ ਸਾਡੀ ਪ੍ਰਸ਼ਾਸਨ ਕੋਲੋਂ ਇਹੀ ਮੰਗ ਆ ਨਾ ਸਾਡੀ ਥਾਣੇ ਸੁਣਾਈ ਆ DSP ਦਫ਼ਤਰ ਅਸੀਂ 30 ਤਰੀਕ ਨੂੰ ਦਰਖਾਸਤ ਦਿੱਤੀ ਸੀ ਜਿਸ ਦੀ ਅੱਜ ਤੱਕਰ ਸੁਣਾਈ ਨਹੀਂ ਹੋਈ ਹੈਗੀ ਜੇ ਹੁਣ ਵੀ ਪ੍ਰਸ਼ਾਸਨ ਨੇ ਸਾਡੀ ਸੁਣਾਈ ਨਾ ਕੀਤੀ ਤਾਂ ਅਸੀਂ ਸੜਕਾਂ 'ਤੇ ਆਣ ਕੇ ਧਰਨੇ ਲਾਵਾਂਗੇ ਅਸੀਂ 2-3 ਦਿਨ ਦਾ ਟਾਈਮ ਦਿੰਦੇ ਹਾਂ ਮੰਗਲਵਾਰ ਜਾਂ ਬੁੱਧਵਾਰ ਸਾਡਾ ਐਂਡ ਆ ਅਸੀਂ DSP ਦਫ਼ਤਰ 10 ਵਜੇ ਧਰਨਾ ਲਾਵਾਂਗੇ ਉਹਨਾਂ ਦੇ ਖਿਲਾਫ਼ ਲਾਵਾਂਗੇ ਸੜਕਾਂ 'ਤੇ ਆਵਾਂਗੇ ਅਸੀਂ ਵੀ ਸਾਰੇ ਆਪਣੇ ਮੁੱਦੇ ਹੱਲ ਕਰਾਵਾਂਗੇ ਫਲੋਰ ਤੋਂ ਅਮਰਜੀਤ ਸਿੰਘ ਮੋਨੂ ਦੀ ਰਿਪੋਰਟ We at GNA University see potential in everyone and everything around us. We drive innovation and entrepreneurship, encourage thought leadership. We are at the forefront of new age digital technology. We are world standard in theory and practice. We are a multicultural network community. We groom competent global citizens to affect positive change around them.